ਪੀਟੀਸੀ ਚੈਨਲ ਤੇ ਇਨਫੋਕਸ ਪ੍ਰੋਗਰਾਮ ਦੇ ਵਿੱਚ ਅਮਰ ਸਿੰਘ ਪੁੱਲਰ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਹਫ਼ਤੇ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਫੋਕਸ ਕਰਦੇ ਹਾਂ। ਅੱਜ ਜੇ ਅਸੀਂ ਦੇਖੀਏ ਦੁਨੀਆ ਭਰ ਦੇ ਵਿੱਚ ਜੇ ਇਕੋਨਮੀ ਜਿਹੜੀ ਹੈ ਕਿੱਧਰ ਨੂੰ ਜਾ ਰਹੀ ਆ, ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਿੰਤਤ ਵੀ ਨੇ। ਅਤੇ ਇਸ ਦੇ ਨਾਲ ਨਾਲ ਜੇ ਅਸੀਂ ਦੇਖੀਏ ਉੱਤਰੀ ਅਮਰੀਕਾ ਦੇ ਵਿੱਚ, ਖਾਸ ਕਰਕੇ ਅਸੀਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਵਿੱਚ ਵੀ ਇਸ ਮਸਲੇ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਚਰਚਾ ਚੱਲ ਰਹੀ ਹੈ। ਅੱਜ ਅਸੀਂ ਇਸ 'ਤੇ ਫੋਕਸ ਕਰਨ ਦੇ ਲਈ, ਕੈਨੇਡਾ ਦੀ ਇਕੋਨਮੀ ਅਤੇ ਦੁਨੀਆ ਦੀ ਇਕੋਨਮੀ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਅੱਜ ਮਹਿਮਾਨ ਨੇ, ਮੈਂ ਜਾਣ ਪਹਿਚਾਣ ਕਰਾਵਾਂਗਾ, ਨਿਰਮਲ ਢੀਂਡਸਾ ਜੀ, ਜਿਹੜੇ ਪੋਲੀਟੀਸ਼ੀਅਨ ਵੀ ਨੇ, ਇਕਨੋਮਿਸਟ ਵੀ ਨੇ, ਸਮਾਜ ਸੇਵਕ ਵੀ ਨੇ, ਪੂਰੀ ਤਰ੍ਹਾਂ ਮਾਹਰ ਨੇ। ਮੈਂ ਸਮਝਦਾ ਕਿ ਢੀਂਡਸਾ ਸਾਹਿਬ ਨੂੰ ਹਰ ਜਿਹੜਾ ਪੰਜਾਬੀ ਹੈ ਉਹ ਜਾਣਦਾ ਕਿ ਬਹੁਤ ਮਿਹਨਤ ਕਰਦੇ ਨੇ, ਹਰ ਗੱਲ ਨੂੰ ਤੱਥ ਦੇ ਆਧਾਰ 'ਤੇ ਕਰਦੇ ਨੇ। ਢੀਂਡਸਾ ਸਾਹਿਬ, ਤੁਹਾਡਾ ਨਿੱਘਾ ਸਵਾਗਤ ਪੀ ਟੀ ਸੀ। ਮਿਹਰਬਾਨੀ ਜਨਾਬ, ਥੈਂਕ ਯੂ ਸਰ ਸੋ ਮੱਚ। ਅੱਛਾ ਢੀਂਡਸਾ ਸਾਹਿਬ, ਆਪਾਂ ਸ਼ੁਰੂ ਕਰ ਰਹੇ ਹਾਂ ਕੈਨੇਡਾ ਤੋਂ। ਹਾਂਜੀ, ਕੈਨੇਡਾ ਦੇ ਜੇ ਆਪਾਂ ਇਕੋਨਮੀ ਦੀ ਗੱਲ ਕਰੀਏ, ਇਹ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਆ ਜਿਹੜਾ IMF ਨੇ ਜਿਹੜੀ ਭਵਿੱਖਬਾਣੀ ਕੀਤੀ ਆ, ਹਾਂਜੀ, ਕੈਨੇਡਾ ਦੀ ਗਰੋਥ ਬਾਰੇ, ਅਤੇ ਉਹਦੇ ਬਾਰੇ ਜਾਣਨਾ ਪਾਓ ਕੀ ਕਿਹਾ ਉਹਨਾਂ ਨੇ। ਦੇਖੋ, ਅੱਜ ਤੱਕ ਜਿਹੜੀ ਕੈਨੇਡਾ ਦੀ ਸਿਚੁਏਸ਼ਨ ਸੀ, 7 ਸਾਲ ਤੋਂ ਕੈਨੇਡਾ ਦਾ ਇੰਟਰਸਟ ਰੇਟ ਬੜਾ ਲੋ ਸੀ, 0.25 'ਤੇ ਬੈਠਾ ਸੀ। ਇਹ 7 ਸਾਲਾਂ ਦੇ ਵਿੱਚ ਹੁਣ ਤੱਕ ਕਿੰਨੇ ਉਤਰਾਅ ਚੜ੍ਹਾਏ, ਇੱਥੋਂ ਤੁਸੀਂ ਦੇਖਿਆ ਹੀ ਆ ਕਿ ਓਇਲ ਦੀ ਕੀਮਤ ਕਿੰਨੀ ਕਿੱਥੋਂ ਦੀ ਕਿੱਥੇ ਚਲੇ ਗਈ, ਕਿਉਂਕਿ ਕੈਨੇਡਾ ਦੀ ਇਕੋਨਮੀ ਸਾਰੀ ਡਿਪੈਂਡੈਂਟ ਸੀ ਉਹਨਾਂ ਕਮੋਡਿਟੀਜ਼, ਖਾਸ ਤੌਰ 'ਤੇ ਓਇਲ ਦੇ ਉੱਤੇ ਨਿਰਭਰ ਹੋਣ ਕਰਕੇ ਕੈਨੇਡਾ ਦੀ ਜਿਹੜੀ ਆਰਥਿਕ ਸਿਚੁਏਸ਼ਨ ਸੀ ਉਹ ਵਧੀਆ ਨਹੀਂ ਸੀ, ਜਿਹਦੇ ਕਰਕੇ ਬੈਂਕ ਆਫ ਕੈਨੇਡਾ ਹੈਸੀਟੈਂਟ ਸੀ ਇੰਟਰਸਟ ਰੇਟ ਵਧਾਉਣ, ਐਂਡ ਉਹ ਪ੍ਰੋਡਕਟ ਤਾਂ ਇਹ ਕਰਦੇ ਸੀ ਵੀ ਇੰਟਰਸਟ ਰੇਟ ਇੱਥੇ ਰਹੂਗਾ, ਇੰਟਰਸਟ ਰੇਟ ਨਹੀਂ ਵਧੂ। ਪਰ ਪਿਛਲੇ ਕੁਆਰਟਰ ਦੇ ਵਿੱਚ ਸਰਪ੍ਰਾਈਜ਼ਿੰਗਲੀ ਇਕੋਨਮੀ ਦੇ ਆਲ ਸਿਲੰਡਰਸ ਦੇ ਆਰ ਫਾਇਰਿੰਗ ਫਰੋਮ ਆਲ ਸਿਲੰਡਰਸ, ਮੈਨੂਫੈਕਚਰਿੰਗ ਹੋਈ, ਹਾਈਟੈਕ ਹੋਈ, ਐਂਡ ਆਲ ਕਾਇੰਡ ਆਫ ਉਹ ਤੋਂ ਗਰੋਥ ਜਿਹੜੀ ਰਿਪੋਰਟ ਆਈ ਆ 3.7%, ਜਿਹਨੇ ਸਰਪ੍ਰਾਈਜ਼ ਕਰਤਾ ਬੈਂਕ ਆਫ ਕੈਨੇਡਾ ਨੂੰ ਵੀ, ਇਕੋਨੋਮਿਸਟ ਨੂੰ ਵੀ। ਅਤੇ ਉਹਦੇ 'ਤੇ ਬੈਂਕ ਆਫ ਕੈਨੇਡਾ ਨੇ ਕਹਿਣਾ ਸ਼ੁਰੂ ਕਰਤਾ ਕਿ ਹੁਣ ਜਿਹੜਾ ਲੋ ਇੰਟਰਸਟ ਰੇਟ ਦਾ ਸੀ ਜਿਹੜਾ ਇਹਨਾਂ ਨੇ ਪਿਛਲੀ ਦਫ਼ਾ ਅੱਜ ਤੋਂ 7 ਸਾਲ ਪਹਿਲਾਂ ½% ਸਰਪ੍ਰਾਈਜ਼ਿੰਗਲੀ ਘਟਾਇਆ ਸੀ, ਉਹ ਅਸੀਂ ਵਾਪਸ ਲੈ ਕੇ ਆਉਣਾ, ਐਂਡ ਕਿਉਂਕਿ ਇਕੋਨਮੀ ਇਜ਼ ਡੂਇੰਗ ਵੈਰੀ ਗੁੱਡ। ਐਂਡ ਐਵਰੀ ਡੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹ ਇਹ ਦੱਸ ਰਹੀਆਂ ਕਿਉਂਕਿ ਅਨਪਲੋਇਮੈਂਟ ਘੱਟ ਰਹੀ ਹੈ, ਐਂਡ ਜਿਹੜੀ ਗਰੋਥ ਹੈ ਉਹ ਵੱਧ ਰਹੀ ਹੈ। ਬੈਂਕ ਆਫ ਕੈਨੇਡਾ ਦੀ ਪ੍ਰੀਡਕਸ਼ਨ ਵੀ ਆਪਿਆ, IMF ਦੀ ਜਿੱਦਾਂ ਤੁਸੀਂ ਕਿਹਾ, ਉਹਨਾਂ ਨੇ ਵੀ ਕੱਲ੍ਹ ਪ੍ਰੀਡਕਟ ਕੀਤਾ ਕਿ ਕੈਨੇਡਾ ਦੀ ਜਿਹੜੀ ਇਕੋਨਮੀ ਆ G7 ਕੰਟਰੀਜ਼ ਦੇ ਵਿੱਚੋਂ ਸਭ ਤੋਂ ਵੱਧ ਐਡਵਾਂਸ ਦੀ ਹੈਗੀ। ਹਾਂਜੀ, ਆਪਾਂ ਜੇ ਗੱਲ ਕਰੀਏ ਕੈਨੇਡਾ ਦੇ ਵਿੱਚ ਜਿਹੜੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਇਆ, ਹਾਂਜੀ, ਕੀ ਅਸਰ ਪਾਊਗਾ ਸਾਡੇ ਆਮ ਲੋਕਾਂ? July 12 ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਪਾਲਿਸੀ ਵਿੱਚ ਤਬਦੀਲੀ ਲਿਆਂਦੀ ਹੈ, ਔਰ ਤਬਦੀਲੀ 0.25% ਇੰਟਰਸਟ ਰੇਟ ਵਿੱਚ ਵਾਧਾ ਕੀਤਾ। ਇਹ ਇੰਟਰਸਟ ਰੇਟ ਵਾਧਾ ਹੋਣ ਦੇ ਨਾਲ ਜਿੰਨੀਆਂ ਲਾਈਨ ਆਫ ਕ੍ਰੈਡਿਟਸ ਹੈ, ਜਿੰਨੀ ਵੇਰੀਏਬਲ ਮੋਰਗੇਜਿਸ ਆ, ਜਿੰਨੇ ਕਾਰ ਲੋਨ ਆ, ਜਿੰਨੇ ਘਰ ਲੋਨ ਆ, ਜਿੰਨੇ ਪਰਸਨਲ ਲੋਨ ਆ, ਐਵਰੀਥਿੰਗ ਗੋਨ ਅਪ। ਐਂਡ ਬੈਂਕਾਂ ਯੂਜਲੀ ਜਾਂ ਪਿਛਲੇ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਥੱਲੇ ਲਿਆਂਦਾ, ਇਹਨਾਂ ਨੇ ਉਹਨੂੰ ਮੈਚ ਨਹੀਂ ਕੀਤਾ, 0.15% 'ਤੇ ਇਹਨਾਂ ਨੇ ਕੀਤਾ, ਬੈਂਕ ਨੇ ਕੀਤਾ ਸੀ 0.25, ਔਰ ਐਤਕੀ ਹੁਣ ਇਮੀਡੀਏਟਲੀ ਬੈਂਕਾਂ ਨੇ ਉਸੇ ਦਿਨ ਕਰ ਦਿੱਤਾ, ਕਿਉਂਕਿ ਜਦੋਂ ਇੰਟਰਸਟ ਟੱਪ ਜਾਂਦਾ ਬੈਂਕਾਂ ਦੇ ਪ੍ਰੋਫਿਟ ਵੱਧਦੇ ਆ, ਬਿਲਕੁਲ, ਕਿਉਂਕਿ ਜਿਹੜੀ ਸਪਰੈਡ ਆ, ਸਪਰੈਡ ਹੋਣ ਦੇ ਨਾਲ ਉਹ ਇਹਨਾਂ ਦੇ ਪ੍ਰੋਫਿਟ ਵਧਣ ਕਰਕੇ, ਪ੍ਰੋਫਿਟ ਵਧਣ ਦੇ ਬਾਵਜੂਦ ਵੀ ਆ ਦੇਖਿਆ ਮੈਂ ਪਿਛਲੇ 2-3 ਦਿਨਾਂ ਦੇ ਵਿੱਚ ਬੈਂਕ ਦੇ ਜਿਹੜੇ ਸ਼ੇਅਰ ਨੇ ਉਹ ਬਹੁਤ ਡਾਊਨ ਜਾ ਰਹੇ ਨੇ। ਉਹਦੇ ਕਈ ਰੀਜ਼ਨ ਆ ਜੀ, ਉਹਦਾ ਇੱਕ ਤਾਂ ਰੀਜ਼ਨ ਇਹ ਆ ਕਿ ਜਿਹੜੇ ਫੋਰਨਰਸ ਆ ਦੇ ਡੋਂਟ ਅੰਡਰਸਟੈਂਡ ਕਿ ਕੈਨੇਡਾ ਦੀਆਂ ਬੈਂਕਾਂ ਕਿੰਨੀਆਂ ਸਟਰੋਂਗ ਆ, ਇਹਨਾਂ 'ਚ ਤਾਂ ਮੋਨੋਪਲੀ ਆ, ਪਲੱਸ ਦੇ ਡੋਂਟ ਅੰਡਰਸਟੈਂਡ ਕਿ ਜਿਹੜੀ ਜੇ ਇੱਥੇ ਡਿਫਾਲਟ ਹੋ ਗਈ, ਘਰਾਂ ਦੀ ਕੀਮਤ ਥੱਲੇ ਚਲੇ ਗਈ, ਜਿਹਦੇ ਕਰਕੇ ਬੈਂਕਾਂ ਨੂੰ ਸੈੱਟਬੈਕ ਲੱਗੀ ਆ, ਉਹ ਇਸ ਕਰਕੇ ਲੱਗੀ, ਲੋਕ ਪ੍ਰੀਡਕਟ ਕਰਦੇ ਸੀ ਵੀ ਜੇ ਘਰ ਥੱਲੇ ਚਲੇ ਗਏ ਤਾਂ ਬੈਂਕਾਂ ਨੇ ਜਿਹੜੇ ਮੋਰਗੇਜ ਦਿੱਤੇ ਆ ਤਾਂ ਬੈਂਕਾਂ ਦੇ ਉੱਤੇ ਇਫੈਕਟ ਹੋਊ। ਐਕਚੁਅਲੀ ਬੈਂਕਾਂ ਦੇ ਉੱਤੇ ਨਹੀਂ ਇਫੈਕਟ ਹੋਊ, ਇਹ ਤਾਂ ਟੈਕਸ ਪੇਅਰ ਦੇ ਉੱਤੇ ਇਫੈਕਟ ਹੋਣਾ, ਉਹ ਜਿਹੜੀ CMCH ਹੈ, ਜਿਹੜੀ ਇੰਸ਼ੋਰੈਂਸ ਤਾਂ ਉਹਦੀ ਆ, ਉਹਨਾਂ ਦੀ ਆ, ਬੈਂਕਾਂ ਦਾ ਤਾਂ ਲੱਗਾ ਕੁਛ ਨਹੀਂ, ਬੈਂਕਾਂ ਨੇ ਤਾਂ ਪੈਸੇ ਉਹਨਾਂ ਤੋਂ ਲੈ ਲੈਣੇ ਆ, ਬਿਲਕੁਲ। ਸੋ ਇਸ ਲਈ ਮੈਂ ਇਹ ਸਮਝਣਾ ਜੋ ਬੈਂਕਾਂ ਥੱਲੇ ਆਉਣੀਆਂ, ਕਿਉਂਕਿ ਜਿਹੜਾ ਘਰਾਂ ਦਾ ਹਾਲ USA ਦੇ ਵਿੱਚ ਹੋਇਆ ਜੀ ਜਦੋਂ ਰਿਸੈਸ਼ਨ ਆਇਆ ਸੀ, ਉਹ ਕੈਨੇਡਾ ਦੇ ਵਿੱਚ ਨਹੀਂ ਹੋ ਸਕਦਾ।
ਮੇਰਾ ਨਹੀਂ ਖਿਆਲ ਕਿਉਂਕਿ ਸਿਚੁਏਸ਼ਨ ਇੱਦਾਂ ਦੀ ਹੈ ਨਹੀਂ, ਕਿਉਂਕਿ ਉਹਦੀ ਰੀਜ਼ਨ ਕੈਨੇਡਾ ਦੀ ਜਿਹੜੀ ਗਰੋਥ ਹੈ, ਗਰੋਥ ਦੇਖੋ ਬੈਂਕ ਆਫ ਕੈਨੇਡਾ ਨੇ ਪ੍ਰੀਡਿਕਟ ਕੀਤਾ 2.8%, ਜਿਹੜੇ ਪ੍ਰਾਈਵੇਟ ਇਕੋਨੋਮਿਸਟ ਹੈ ਬੈਂਕ ਆਫ ਮੋਂਟਰੀਅਲ ਨੇ ਪ੍ਰੀਡਿਕਟ ਕੀਤਾ 2.7%, IMF ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਕੀਤਾ 2.5%, ਐਂਡ ਔਨ ਦੀ ਸੇਮ ਹੈਂਡ ਜਿਹੜੀ ਅਨਪਲੋਇਮੈਂਟ ਥੱਲੇ ਆ ਰਹੀ ਹੈ, ਜੋਬਾਂ ਕ੍ਰੀਏਟ ਹੋ ਰਹੀਆਂ, ਹੁਣ ਪਿਛਲੇ ਕੁਆਰਟਰ ਪਿਛਲੇ ਮਹੀਨੇ ਕਿੰਨੀਆਂ ਜੋਬਾਂ ਕ੍ਰੀਏਟ ਹੋਈਆਂ, ਸੋ ਉਹਦੇ ਕਰਕੇ ਜਿਹੜਾ ਟਰੈਂਡ ਹੈ, ਟਰੈਂਡ ਇਜ਼ ਅਪ। ਹਾਂ, ਜੇ ਮੋਰਗੇਜ ਅਪ ਗਈ ਤਾਂ ਡੈਫੀਨਟਲੀ ਉਹ ਦੈਟਸ ਦੀ ਮੈਟਰ ਟੂ ਸਮ। ਸਾਹਿਬ, ਜੇ ਆਪਾਂ ਘਰਾਂ ਦਾ ਦੇਖੀਏ, ਅੱਜ ਤੋਂ ਜਿਹੜਾ 3-4 ਮਹੀਨੇ ਪਹਿਲਾਂ ਸੀ, ਉਹ ਉਸ ਜਿਹੜਾ ਮਾਹੌਲ ਸੀ ਘਰਾਂ ਨੂੰ, ਲੋਕਾਂ ਨੇ ਲੱਖਾਂ ਡਾਲਰ ਜਿਹੜੇ ਕਮਾਏ ਘਰਾਂ ਦੇ ਵਿੱਚ, ਅੱਜ ਦੀ ਘੜੀ ਜਿਹੜੀ ਸਿਚੁਏਸ਼ਨ ਹੈ ਉਹ ਤੁਹਾਨੂੰ ਪਤਾ ਹੀ ਹੈ ਕਿਵੇਂ ਕਿੱਥੇ ਆਈ ਵੀ ਅੱਜ ਸਿਚੁਏਸ਼ਨ। ਬਿਲਕੁਲ, ਤੁਹਾਡੀ ਗੱਲ ਕਰੈਕਟ ਹੈ ਜੀ, ਐਂਡ ਇਹਦੇ ਬਾਰੇ ਬਹੁਤ ਫਿਕਰਮੰਦੀ ਪਾਈ ਜਾ ਰਹੀ ਸੀ ਫੈਡਰਲ ਗੌਰਮੈਂਟ ਦੀ, ਫਿਕਰਮੰਦੀ ਪਾਈ ਜਾ ਰਹੀ ਸੀ ਇਕੋਨੋਮਿਸਟ ਇਹਦੇ 'ਤੇ ਵਾਰ ਵਾਰ ਕਹਿ ਰਿਹਾ ਸੀ, ਐਂਡ ਇਹ ਸੇਮ ਇਜ਼ ਓਨਟੇਰੀਓ ਗੌਰਮੈਂਟ, ਓਨਟੇਰੀਓ ਗੌਰਮੈਂਟ ਅੰਡਰ ਪ੍ਰੈਸ਼ਰ ਸੀ ਜਿੱਦਣ ਦਾ ਉਹਨਾਂ ਨੇ ਉਹ 16-9 ਪ੍ਰੋਗਰਾਮ ਲਿਆਂਦਾ, ਜਿੱਦਣ ਦਾ ਉਹਨਾਂ ਨੇ 15% ਫੋਰਨਰਸ ਦੇ ਉੱਤੇ ਟੈਕਸ ਲਾਇਆ, ਜਿੱਦਣ ਦਾ ਉਹਨਾਂ ਨੇ ਕੀਤਾ ਕਿ ਜਿਹੜੀ ਰੈਂਟਲ ਇਨਕਮ ਆ ਉਹ ਤੁਸੀਂ ਆਲ ਆਫ ਅ ਸਡਨ ਨਹੀਂ ਵਧਾ ਸਕਦੇ, ਅੱਗੇ ਸੀਗਾ 1991 ਤੋਂ ਜਿਹੜੀਆਂ ਬਾਅਦ 'ਚ ਬਿਲਡਿੰਗਾਂ ਬਣੀਆਂ ਉਹਨਾਂ 'ਤੇ ਐਪਲੀਕੇਬਲ ਨਹੀਂ ਸੀ, ਉਹ ਤੋਂ ਪਹਿਲਾਂ ਐਪਲੀਕੇਬਲ ਸੀ, ਇਹਨਾਂ ਨੇ ਹੁਣ ਉਹ ਸਾਰਿਆਂ 'ਤੇ ਕਰ ਦਿੱਤਾ। ਸੋ ਉਦੋਂ ਤੋਂ ਲੈ ਕੇ ਹੁਣ ਲੋਕ ਡਰ ਗਏ, ਐਂਡ ਸਾਈਕੋਲੋਜੀਕਲੀ ਉਹ ਇਹ ਸਮਝਦੇ ਆ ਵੀ ਮੋਰਗੇਜ ਸਾਨੂੰ ਮਿਲਣੀ ਔਖੀ ਆ। ਪਲੱਸ ਗੌਰਮੈਂਟ ਨੇ ਵਨ ਸਟੈਪ ਆਫਟਰ ਦੀ ਅਦਰ ਮੋਰਗੇਜ ਲੈਣੀ, ਮੋਰਗੇਜ ਲਈ ਕੁਆਲੀਫਾਈ ਕਰਨਾ ਬਹੁਤ ਸਖਤ ਕਰ ਦਿੱਤਾ। ਬਿਲਕੁਲ, ਉਹ ਉਹਨਾਂ ਨੇ ਕਰ ਦਿੱਤਾ ਕਿ ਬੈਂਕ ਆਫ ਕੈਨੇਡਾ ਦਾ ਜਿਹੜਾ ਅੱਜ ਦਾ ਰੇਟ ਹੈ 4.64 ਹੈ, ਜੇ ਤੁਹਾਨੂੰ ਮੋਰਗੇਜ 2% ਦੀ ਮਿਲਦੀ ਆ ਪਰ ਤੁਹਾਨੂੰ ਕੁਆਲੀਫਾਈ 4.64 ਦੇ ਆਧਾਰ 'ਤੇ ਹੋਣਾ ਪਊਗਾ, ਤੁਹਾਡੀ ਇਨਕਮ ਇੰਨੀ ਹੋਣੀ ਚਾਹੀਦੀ ਹੈ। ਪਰ ਜਿਹੜੇ ਪ੍ਰਾਈਵੇਟ ਮੋਰਗੇਜ ਦਿੰਦੇ ਨੇ ਉਹਨਾਂ ਤਾਂ 5-5 ਹੋ ਗਈਆਂ, 5-5 ਵੀ ਹੋ ਗਈਆਂ, ਔਰ ਜੇ ਹੋ ਗਿਆ ਜਿੱਦਾਂ ਹੁਣ ਇਸ ਵੇਲੇ ਟੱਗ ਆਫ ਵਾਰ ਚੱਲ ਰਹੀ ਹੈ ਬਾਇਰ ਦੇ ਵਿੱਚ ਅਤੇ ਸੈਲਰ ਦੇ ਵਿੱਚ, ਜਿਹੜਾ ਬਾਇਰ ਆ ਉਹ ਤਾਂ ਕਹਿੰਦਾ ਵੀ ਕੀਮਤਾਂ ਹੋਰ ਥੱਲੇ ਆ ਜਾਣਗੀਆਂ, ਬਹੁਤ ਸਸਤੇ ਜਾਣਗੇ, ਲਵਾਉਣਾ ਹੈ ਜੇ ਲੈਂਦੇ ਆ ਤਾਂ ਉਹ, ਜੇ ਤੁਸੀਂ 12 ਲੱਖ ਦਾ ਲਾਇਆ ਉਹ ਸ਼ੁਰੂ ਹੀ 1 ਲੱਖ ਤੋਂ ਹੀ ਕਰਦੇ ਆ ਜਾਂ 8.5-9 ਤੋਂ ਕਰਦੇ ਆ। ਪਹਿਲਾਂ ਜਿਹੜਾ ਅੱਜ 12 ਲੱਖ ਦਾ ਘਰ ਆ ਉਹ 15 ਲੱਖ ਦਾ ਸੀ ਜਿਹੜਾ ਅੱਜ ਤੋਂ 2 ਮਹੀਨੇ ਪਹਿਲਾਂ, ਬਿਲਕੁਲ ਅੱਜ ਉਹਦੀ 1,65,000 ਕੁ 2,65,000 ਕੀਮਤ ਥੱਲੇ ਆ ਗਈ। ਉਹਨਾਂ ਘਰਾਂ ਦੀਆਂ ਔਫਰਾਂ 'ਤੇ ਔਫਰਾਂ ਆਉਂਦੀਆਂ ਜੀ, ਪਤਾ ਨਹੀਂ ਚੱਲਦਾ ਕਿ ਕਿੰਨੀਆਂ ਔਫਰਾਂ ਆ ਗਈਆਂ ਉਹਦੇ 'ਤੇ, ਕਿੱਥੇ ਤੱਕ ਚੱਲੀ ਜਾਏਗੀ। ਅੱਜ ਜਿਹੜੀ ਸਪੈਕੂਲੇਸ਼ਨ ਮਲਟੀਪਲ ਔਫਰਾਂ ਆ ਰਹੀਆਂ ਸੀ ਉਹ ਸਟੋਪ ਹੋ ਗਈਆਂ, ਐਂਡ ਜਿਹੜੀ ਸਪੈਕੂਲੇਟਰ ਆ ਇਹ ਦੈਟ ਵਾਜ਼ ਵੈਰੀ ਇੰਪੋਰਟੈਂਟ, ਜਿਹੜਾ ਸਪੈਕੂਲੇਟਰ ਆ ਭੁੱਲਰ ਸਾਹਿਬ, ਹੁਣ ਮੈਂ ਤੁਹਾਨੂੰ ਦੱਸਦਾ, ਜਿਹੜਾ ਡਾਲਰ ਦੀ ਕੀਮਤ ਅੱਜ 80 ਸੈਂਟ ਹੈ, ਸਪਟੰਬਰ 2015 ਵਿੱਚ ਇੰਨੀ ਸੀ, ਉਹ ਤੋਂ ਬਾਅਦ ਹੁਣ ਇੰਨੀ ਹੋਈ ਹੈ। ਹੁਣ ਜਿਹੜਾ ਚਾਈਨੀਜ਼ ਹੈਗਾ ਇਨਵੈਸਟਰ, ਇੰਡੀਅਨ ਇਨਵੈਸਟਰ ਹੈ, ਮਿਡਲ ਈਸਟ ਇਨਵੈਸਟਰ ਹੈ, ਜੋ ਕੈਨੇਡਾ ਦੀ ਕੈਨੇਡਾ ਡਾਲਰ ਦੀ ਕੀਮਤ ਘੱਟ ਸੀ ਤਾਂ ਉਹਨਾਂ ਨੂੰ ਸਸਤਾ ਪੈਂਦਾ ਸੀ, ਜਿਹੜਾ ਘਰ ਦੀ ਕੀਮਤ 1.5 ਮਿਲੀਅਨ ਸਾਨੂੰ ਮਹਿੰਗਾ ਲੱਗਦਾ ਸੀ ਉਹਨਾਂ ਨੂੰ ਸਸਤਾ ਪੈਂਦਾ ਸੀ। ਬਿਲਕੁਲ, ਉਸ ਇਸ ਕਰਕੇ ਉਹ ਲੈ ਲੈਂਦੇ ਸੀ, ਉਹਨਾਂ ਨੂੰ ਇਫੈਕਟ ਹੀ ਨਹੀਂ ਸੀ ਕਰਦਾ ਕਿ ਘਰ ਕਿੰਨੇ ਦੀ, ਉਹਨਾਂ ਨੇ ਜੇ ਵਨ ਐਂਡ ਹਾਫ ਮਿਲੀਅਨ ਦਾ ਲੈ ਵੀ ਲਿਆ ਉਹਨਾਂ ਨੇ 2 ਮਿਲੀਅਨ ਦਾ ਵੇਚ ਦੇਣਾ। ਹਾਂ, ਟੀਸਰ ਸਾਹਿਬ, ਆਪਣੀ ਗੱਲਬਾਤ ਜਾਰੀ ਰਹੇਗੀ, ਲੈ ਲਈਏ ਇੱਕ ਛੋਟੀ ਜਿਹੀ ਬ੍ਰੇਕ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਇਨ ਫੋਕਸ ਪ੍ਰੋਗਰਾਮ ਦੇ ਵਿੱਚ ਸਾਡੀ ਗੱਲਬਾਤ ਹੋ ਰਹੀ ਹੈ ਸਰ ਨਿਰਮਲ ਸਿੰਘ ਢੀਂਡਸਾ ਜੀ ਨਾਲ, ਜਿਹੜੇ ਕਿ ਕੈਨੇਡਾ ਦੀ ਇਕੋਨਮੀ ਬਾਰੇ ਗੱਲਬਾਤ ਸਾਡੇ ਨਾਲ ਕਰ ਰਹੇ ਨੇ। ਅੱਛਾ, ਜਿਵੇਂ ਹੁਣ ਉਹ ਜਿਹੜੇ ਬਾਹਰਲੇ ਇਨਵੈਸਟਰ ਸੀ ਇੱਥੇ ਘਰ ਖਰੀਦਦੇ ਸੀ, ਹਾਂਜੀ, ਅਤੇ ਉਹ ਡਾਲਰ ਦੀ ਕੀਮਤ ਵਧਣ ਦੇ ਨਾਲ ਉਹਨਾਂ 'ਤੇ ਕੀ ਹੁਣ ਅਸਰ ਪਏਗਾ? ਡਾਲਰ ਦੀ ਕੀਮਤ ਵਧਣ ਦੇ ਨਾਲ ਉਹਨਾਂ ਦੀ ਕਰੰਸੀ ਨੂੰ ਉਹਨਾਂ ਨੂੰ ਪੈਸੇ ਘੱਟ ਮਿਲਣੇ ਆ, ਘੱਟ ਮਤਲਬ ਉਹਨਾਂ ਨੂੰ ਕੈਨੇਡੀਅਨ ਡਾਲਰ ਘੱਟ ਮਿਲਣੇ ਆ। ਹਾਂਜੀ, ਇਸ ਮਹਿੰਗਾ ਉਹਨਾਂ ਨੂੰ ਮਹਿੰਗੇ ਪੈਣਗੇ। ਹਾਂਜੀ, ਸੋ ਜੇ ਉਸ ਤੋਂ ਉੱਪਰ ਦੀ 15% ਉਹਨਾਂ ਨੂੰ ਜਿਹੜਾ 16-39 ਪ੍ਰੋਗਰਾਮ ਦੇ ਵਿੱਚ ਪਲੱਸ ਉਹ 15% ਉਹਨਾਂ 'ਤੇ ਲੱਗ ਜਾਣਾ। ਹਾਂਜੀ, ਸੋ ਇਸ ਲਈ ਜਿਹੜਾ ਫੋਰਨ ਇਨਵੈਸਟਰ ਆ ਉਹ ਡਿਸਕਰੇਜ ਹੋਊਗਾ, ਇਸ ਲਈ ਰੀਅਲ ਸਟੇਟ ਪ੍ਰਾਈਸ ਦੇ ਉੱਤੇ ਵੀ ਇਫੈਕਟ ਪਊਗਾ। ਜਿਹੜਾ ਆਪਾਂ ਕਹਿੰਦੇ ਨਾ ਵੀ ਹੁਣ ਕੀਮਤਾਂ ਘੱਟ ਹੋ ਗਈਆਂ, ਮੈਂ ਸਮਝਣਾ, ਮੇਰੀ ਓਪੀਨੀਅਨ ਆ ਵੀ ਕੀਮਤਾਂ ਹਾਲੇ ਹੋਰ ਥੱਲੇ ਜਾਣੀਆਂ, ਇਹ ਹਾਲੇ ਸਟਾਰਟ ਹੈ। ਪਰ ਜੇ ਆਪਾਂ ਦੇਖੀਏ ਜਦੋਂ ਬਹੁਤ ਸਾਰੇ ਰੀਅਲ ਐਸਟੇਟ ਦੇ ਏਜੰਟਾਂ ਨਾਲ ਗੱਲ ਕਰਦੇ ਹਾਂ, ਉਹ ਜੇ ਤਾਂ ਕੋਈ ਲੈਣ ਵਾਲਾ ਦੇਖਦੇ ਨੇ ਤੁਸੀਂ ਲੈਣਾ, ਉਹ ਕਹਿੰਦੇ ਜੀ ਬਹੁਤ ਵਧੀਆ ਮੌਕਾ ਹੁਣ ਲੈਣ ਲਈ। ਹਾਂਜੀ, ਕਿਉਂਕਿ ਬਹੁਤ ਸਾਰਾ ਜਿਹੜਾ ਹੈਗਾ ਘਰ ਸੇਲ 'ਤੇ ਲੱਗੇ ਹੋਏ ਨੇ, ਕਈ ਵਾਰੀ ਚੋਇਸ ਨਹੀਂ ਹੁੰਦੀ, ਹੁਣ ਚੋਇਸ ਹੈ।
ਪਰ ਜਿਹਨੇ ਵੇਚਣਾ ਉਹ ਕਹਿਣਗੇ ਜੀ ਬਹੁਤ ਵਧੀਆ, ਹੁਣ ਤੁਹਾਨੂੰ ਪ੍ਰਾਈਸ ਵਧੀਆ ਮਿਲ ਰਹੀ ਆ, ਅਗਾਂਹ ਜਾ ਕੇ ਘੱਟ ਜਾਣੀ ਆ। ਅਤੇ ਕੀ ਤੁਹਾਡੇ ਖਿਆਲ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਇਹੋ ਜਿਹੀ ਘੜੀ ਦੇ ਵਿੱਚ ਘਰ ਲੈਣੇ ਚਾਹੀਦੇ ਨੇ ਜਾਂ ਵੇਚਣੇ ਚਾਹੀਦੇ ਨੇ, ਕੀ ਕਰਨਾ ਚਾਹੀਦਾ? ਦੇਖੋ ਡਿਪੈਂਡ ਕਰਦਾ, ਹੋਮਵਰਕ ਕਰਨਾ ਚਾਹੀਦਾ। ਹਾਂਜੀ, ਡਿਪੈਂਡ ਕਰਦਾ ਤੁਹਾਡੀ ਕਿੱਦਾਂ ਦੀ ਕਿੰਨੀ ਨੀਡ ਆ। ਹਾਂਜੀ, ਜੇ ਤਾਂ ਤੁਸੀਂ ਅਫੋਰਡ ਕਰ ਸਕਦੇ ਹੋ, ਇਹ ਨਹੀਂ ਵੀ ਕਿਸੇ ਰਿਸ਼ਤੇਦਾਰ ਮਗਰ ਲੱਗ ਕੇ, ਦੋਸਤ ਮਿੱਤਰ ਮਗਰ ਲੱਗ ਕੇ ਪਿਓ ਨੇ ਏਡਾ ਬੜਾ ਘਰ ਲੈ ਲਿਆ ਅਤੇ ਮੈਂ ਵੀ ਇੰਨਾ ਲੈਣਾ। ਅਫੋਰਡੇਬਿਲਟੀ ਇਜ਼ ਵੈਰੀ ਵੈਰੀ ਇੰਪੋਰਟੈਂਟ। ਜੇ ਤੁਸੀਂ ਅਫੋਰਡ ਕਰ ਸਕਦੇ ਹੋ ਫਿਰ ਤੁਸੀਂ ਮੋਰਗੇਜ ਦਾ ਵੀ ਆ, ਇਸ ਵੇਲੇ ਜਿਹੜਾ ਟ੍ਰੈਂਡ ਆ ਅੱਜ ਜਿਹੜੀ ਮੋਰਗੇਜ ਆ ਇਹ ਆਲਮੋਸਟ ਐਵਰੀ ਵੀਕ ਹੀ ਫਿਊ ਪੁਆਇੰਟਸ ਵਧਾਈ ਜਾਂਦੇ ਆ। ਹੁਣ ਮੇਰਾ ਖਿਆਲ 3% ਦੇ ਦੁਆਲੇ ਚਲੇ ਗਈ ਆਲਮੋਸਟ। ਅੱਛਾ, ਜਿਹੜੇ ਚਲੋ ਆਪਾਂ ਇਹ ਤਾਂ ਗੱਲ ਹੋਈ ਉਹਦੀ, ਜਿਹੜਾ ਡਾਲਰ ਉੱਪਰ ਜਾ ਰਿਹਾ, ਹਾਂਜੀ, ਅਤੇ ਇਹ ਇਹ ਕੀ ਕੈਨੇਡਾ ਦੀ ਇਕੋਨਮੀ 'ਤੇ ਕੀ ਅਸਰ ਪਾਊਗਾ? ਕੈਨੇਡਾ ਦੀ ਇਕੋਨਮੀ 'ਤੇ ਜੀ ਡਿਪੈਂਡ ਕਰਦਾ ਕਿਹੜੀ ਇੰਡਸਟਰੀ ਹੈ। ਟੂਰਿਸਟ ਇੰਡਸਟਰੀ ਦੇ ਉੱਤੇ ਫਰਕ ਪਊਗਾ, ਬਾਕੀ ਜਿਹੜਾ ਬਾਹਰ ਦਾ ਇਨਵੈਸਟਰ ਹੈ ਇੱਥੇ ਆ ਕੇ ਇਨਵੈਸਟ ਕਰੂਗਾ ਉਹਦੇ 'ਤੇ ਫਰਕ ਪਊਗਾ। ਐਂਡ ਜਿਹੜਾ ਜਿਹਨੇ ਐਕਸਪੋਰਟ ਕਰਨਾ, ਜਿੱਦਾਂ ਹੁਣ ਜੇ ਤੁਸੀਂ ਕੋਈ ਚੀਜ਼ ਬਾਹਰ ਭੇਜਣੀ ਹੈ ਅਤੇ ਤੁਹਾਨੂੰ ਜੇ ਡਾਲਰ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ ਤੁਹਾਨੂੰ ਬੈਨੀਫਿਟ ਹੋਣਾ, ਰਾਈਟ? ਜਾਂ ਹੁਣ ਇੱਦਾਂ ਹੁਣ ਬਾਹਰਲੇ ਨੂੰ ਦੇਣਾ, ਸੋ ਉਹ ਦੈਟ ਵਿਲ ਇਫੈਕਟ ਇਸ ਕਾਰੋਬਾਰਾਂ 'ਤੇ ਅਲੱਗ ਅਲੱਗ ਢੰਗ ਦੇ ਨਾਲ ਫਰਕ ਪੈਣਾ, ਡਿਪੈਂਡ ਕਰ ਕਿਹੜਾ ਕਿਹੜੇ ਕਿਸਮ ਦਾ ਬਿਜ਼ਨਸ ਹੈ ਜੀ। ਅੱਛਾ, ਜਿਹੜੀਆਂ ਆਪਾਂ ਇੰਡੀਆ ਦਾ ਰੁਪਈਆ ਇਹਦੇ ਮਤਲਬ ਉਹ ਵੀ ਮਜ਼ਬੂਤ ਹੋ ਰਿਹਾ? ਇੰਡੀਆ ਦਾ ਰੁਪਈਆ ਮਜ਼ਬੂਤ ਹੋ ਰਿਹਾ ਪਰ ਇੰਡੀਆ ਦੇ ਮੁਕਾਬਲੇ 'ਤੇ ਜਿਹੜਾ ਕੈਨੇਡਾ ਦਾ ਡਾਲਰ ਆ ਇਹ ਜ਼ਿਆਦਾ ਮਜ਼ਬੂਤ ਹੋ ਰਿਹਾ। ਹੁਣ ਤੁਸੀਂ ਦੇਖੋ ਅਮਰੀਕਾ ਦੇ ਮੁਕਾਬਲੇ 'ਤੇ ਐਕਚੁਅਲ ਕੈਨੇਡਾ, ਇੰਡੀਆ, ਚਾਈਨਾ, ਜਪਾਨ ਐਂਡ ਯੂਰੋ ਇਹ ਇਸ ਕਰਕੇ ਅੱਪ ਆ ਰਿਹਾ ਆ ਕਿਉਂਕਿ ਕੈਨੇਡਾ ਦਾ ਇੰਨਾ ਸੋਰੀ ਜਿਹੜਾ ਅਮਰੀਕਾ ਦੀ ਡਾਲਰ ਥੱਲੇ ਨੂੰ ਆ ਰਿਹਾ। ਇਹ ਇੱਕ ਬਿਗ ਫੈਕਟਰ ਆ ਕਿਉਂਕਿ ਜਿਹੜੀ ਸਰਪ੍ਰਾਈਜ਼ਿੰਗ ਕਰਨਾ ਸੀ ਟਰੰਪ ਨੇ ਉਹ ਤਾਂ ਹੋਇਆ ਨਹੀਂ, ਉਹ ਤਾਂ ਓਬਾਮਾ ਕੇਅਰ ਬਿੱਲ ਵੀ ਨਹੀਂ ਪਾਸ ਹੋ ਸਕਿਆ, ਜਿਹੜੇ ਉਹ ਕਹਿੰਦਾ ਸੀ ਕਾਰਪੋਰੇਸ਼ਨ ਦੇ ਟੈਕਸ ਘਟਾਉਣੇ ਆ ਉਹ ਵੀ ਨਹੀਂ ਘਟਾ ਸਕੇ। ਸੋ ਇਸ ਕਰਕੇ ਜਿਹੜੀ ਅਮੈਰੀਕਨ ਡਾਲਰ ਇਜ਼ ਕਮਿੰਗ ਡਾਊਨ, ਦੀ ਅਦਰ ਕਰੰਸੀ ਇਜ਼ ਗੋਇੰਗ ਅਪ। ਅੱਛਾ, ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਇੰਨੇ ਮਹੀਨੇ ਦੇ ਵਿੱਚ ਜਿਹੜੀਆਂ ਇੰਨੀਆਂ ਚੇਂਜਿਜ ਹੋ ਰਹੀਆਂ ਨੇ, ਦੇ ਕੀ ਖਿਆਲ ਆ ਤੁਹਾਡਾ ਇਹਦੇ ਨਾਲ ਅਮਰੀਕਾ 'ਤੇ ਕੀ ਅਸਰ ਪਏਗਾ, ਕੈਨੇਡਾ ਦੇ ਆਪਸੀ ਸੰਬੰਧਾਂ 'ਤੇ ਕੀ ਅਸਰ ਪਏ? ਆਪਸੀ ਸੰਬੰਧਾਂ 'ਤੇ ਜੀ ਪਹਿਲਾਂ ਤਾਂ ਇੱਥੇ ਬਹੁਤ ਫਿਕਰਮੰਦੀ ਪਾਈ ਜਾ ਰਹੀ ਸੀ ਕਿ ਜਿਹੜਾ ਨੌਰਥ ਅਮੈਰੀਕਾ ਫਰੀ ਟ੍ਰੇਡ ਆ ਉਹਨੂੰ ਟਰੰਪ ਨੇ ਇਲੈਕਸ਼ਨ ਇਸ਼ੂ ਬਣਾਇਆ ਸੀ, ਉਹ ਤੋਂ ਬਾਅਦ ਉਹਨੇ ਐਕਟਿਵਲੀ ਕਿਹਾ ਕਿ ਇਹਨੂੰ ਮੈਂ ਚੈਲੇਂਜ ਕਰਨਾ, ਉਹਨੇ 100 ਪੇਜ ਦੀਆਂ ਡਿਮਾਂਡਸ ਦੇਤੀਆਂ, ਜਿਹੜਾ ਨੋਟੀਫਿਕੇਸ਼ਨ ਦੇਣਾ ਸੀ ਕੈਨੇਡਾ ਨੂੰ ਅਤੇ ਮੈਕਸੀਕੋ ਨੂੰ, ਉਹ 100 ਆ ਉਹਦੇ 'ਤੇ ਹੁਣ ਤਿੰਨੇ ਕੰਟਰੀ ਵਰਕ ਕਰ ਰਹੇ ਆ ਅਤੇ ਅਮਰੀਕਾ ਜਿਹੜਾ ਉਹ ਅੱਖਾਂ ਦਿਖਾ ਰਿਹਾ ਐਂਡ ਕੈਨੇਡਾ ਨੇ ਵੀ ਅੱਜ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ ਕਿਉਂਕਿ ਜਿਹੜਾ ਮੇਨ ਮੁੱਦਾ, ਜਿਹੜਾ ਮੇਨ ਇਸ਼ੂ ਆ ਉਹਦੇ 'ਚ ਅਮਰੀਕਾ ਉਠਾ ਰਿਹਾ ਕਿ ਜਿਹੜਾ ਟ੍ਰਿਬਿਊਨਲ ਆ, ਟ੍ਰੇਡ ਡਿਸਪਿਊਟ ਟ੍ਰਿਬਿਊਨਲ ਆ ਜਿਹੜਾ ਉਹ ਪਹਿਲੇ 23 ਸਾਲ ਹੋ ਗਿਆ ਉਹਨੂੰ, ਮਤਲਬ ਨੈਫਟਾ ਹੋਏ ਨੂੰ, ਔਰ ਉਹਦੇ ਮੁਤਾਬਕ ਜੇ ਕੋਈ ਡਿਸਪਿਊਟ ਹੈ ਤਾਂ ਉਹਦੇ 'ਤੇ ਇੰਡੀਪੈਂਡੈਂਟਲੀ ਟ੍ਰਿਬਿਊਨਲ ਨੂੰ 'ਤੇ ਤੁਸੀਂ ਕਰ ਸਕਦੇ ਹੋ ਅਤੇ ਉਹਦਾ ਜਿਹੜਾ ਡਿਸੀਜਨ ਟ੍ਰਿਬਿਊਨਲ ਦਾ ਆਵੇ ਉਹ ਬਾਈਂਡਿੰਗ ਸੀ ਮੰਨਣਾ। ਹੁਣ ਨੈਫਟਾ ਦੀ ਜਿਹੜੀ 16 ਅਗਸਤ ਨੂੰ 2017 ਨੂੰ ਮੀਟਿੰਗ ਹੋਣ ਜਾ ਰਹੀ ਆ, ਹਾਂਜੀ, ਕੀ ਹੋਊ ਮੀਟਿੰਗ 'ਚ? ਉਹਦੇ 'ਤੇ ਜੀ ਬੜਾ ਕੁਛ ਹੋ ਰਿਹਾ, ਬੜੀਆਂ ਪੁਜੀਸ਼ਨਸ ਲਈਆਂ ਜਾ ਰਹੀਆਂ, ਡਿਸਕਸ ਹੋ ਰਿਹਾ। ਤੁਸੀਂ ਦੇਖਿਆ ਹੋਊਗਾ ਪਿੱਛੇ ਜਿਹਾ ਟਰੂਡੋ ਪਿਛਲੇ ਹਫਤੇ ਮੇਰਾ ਖਿਆਲ ਅਮਰੀਕਾ ਦੇ ਜਿੱਥੇ ਗਵਰਨਰ ਸਾਰੇ ਇਕੱਠੇ ਹੋਏ ਸੀ ਉੱਥੇ ਜਾ ਕੇ ਬੋਲ ਕੇ ਆਇਆ। ਉਹਨ ਕਮਾਲ ਕਰ ਦਿੱਤੀ, ਉਹਨੇ ਇਹ ਕਿਹਾ ਉਹਨਾਂ ਨੂੰ ਕਿ ਅਮਰੀਕਾ ਦਾ ਜਿਹੜਾ ਕੈਨੇਡਾ ਦੇ ਨਾਲ ਟ੍ਰੇਡ ਆ ਇਹ ਸਾਰਿਆਂ ਦਾ ਇਕੱਠਾ ਕਰ ਲਓ, ਚਾਈਨਾ ਦਾ ਇਕੱਠਾ ਕਰ ਲਓ, ਯੂਰਪ ਦਾ ਇਕੱਠਾ ਕਰ ਲਓ, ਇੰਗਲੈਂਡ ਦਾ ਇਕੱਠਾ ਕਰ ਲਓ, ਉਹਨਾਂ ਤੋਂ ਵੀ ਵੱਧ ਕੰਬਾਈਨ ਕਰਕੇ ਵੀ ਵੱਧ ਟ੍ਰੇਡ ਆ। ਸੋ ਇਸ ਲਈ ਕੈਨੇਡਾ ਦੇ ਨਾਲ ਜਿਹੜਾ ਤੁਸੀਂ ਇਹ ਛੇੜਖਾਨੀ ਕੀਤੀ ਇਹ ਬਹੁਤ ਮਹਿੰਗੀ ਪਊਗੀ, ਕੈਨੇਡਾ ਨੂੰ ਵੀ ਮਹਿੰਗੀ ਪਊ, ਤੁਹਾਨੂੰ ਵੀ ਮਹਿੰਗੀ ਪਊ। ਨਾਲ ਉਹਨੇ ਫਿਰ ਇੱਕ ਹੋਰ ਕਿਹਾ, ਉਹਨੇ ਕਿਹਾ ਵੀ ਜੇ ਅਮਰੀਕਾ ਜਿਹੜਾ ਇਹ ਸੋਚਦਾ ਵੀ ਅਸੀਂ ਐਲੀਫੈਂਟ ਹੈ ਐਂਡ ਕੈਨੇਡਾ ਮਾਊਸ ਆ, ਕਹਿੰਦਾ ਆਈ ਵਾਂਟ ਟੂ ਟੈਲ ਯੂ ਗਵਰਨਰਸ ਨੂੰ, ਉਹਨਾਂ ਨੂੰ ਕਹਿੰਦਾ ਵੀ ਅਸੀਂ ਮਾਊਸ ਨਹੀਂ, ਅਸੀਂ ਮੂਸ ਹਾਂ, ਮੂਸ ਹੈ, ਅਸੀਂ ਖੜ ਸਕਦੇ ਹਾਂ ਮੂਹਰੇ। ਕੀ ਚੇਂਜਿਸ ਹੋਈਆਂ? ਦੇਖੋ ਜਦੋਂ ਰਾਸ਼ਟਰਪਤੀ ਟਰੰਪ ਦੀ ਚੋਣ ਹੋਈ ਸੀ, ਚੁਣੇ ਗਏ ਸੀ, ਉਹਦਾ ਸਮਾਜ ਦੀ ਇੱਕ ਵਾਰ ਕੈਨੇਡੀਅਨ ਲੋਕ ਚਿੰਤਤ ਸੀ, ਹਾਂਜੀ, ਕਿ ਕੀ ਨੈਫਟਾ ਦਾ ਕੀ ਹੋਊਗਾ, ਕੀ ਕਿਸ ਤਰ੍ਹਾਂ ਨਾਲ ਵਪਾਰ ਚੱਲੇਗਾ ਦੋਨਾਂ ਤਿੰਨਾਂ ਕੰਟਰੀਆਂ ਦੇ ਵਿੱਚ, ਮੈਕਸੀਕੋ 'ਤੇ ਬੈਨ ਲਾਉਣ ਲੱਗੇ ਸੀ ਕੈਨੇਡਾ ਦਾ, ਪਰ ਹੁਣ ਇੰਨੇ ਮਹੀਨਿਆਂ ਬਾਅਦ ਹੁਣ ਜਿਹੜੀ ਆ ਪੁਜੀਸ਼ਨ ਡੇ ਬਾਈ ਡੇ ਜਿਹੜੀ ਸਿਚੁਏਸ਼ਨ ਉਲਟ ਹੁੰਦੀ ਜਾ ਰਹੀ ਹੈ, ਉਲਟ ਹੁੰਦੀ ਜਾ ਰਹੀ ਹੈ, ਸਟਰੋਂਗ ਹੋ ਰਿਹਾ।
क्योंकि जिहड़ा ट्रंप दे उत्ते उत्थे दी बिजनेस लॉबी दा जिन्हां दे इन्ना ट्रेड है कनेडा दे नाल, तुसीं देखो जिन्ना हुण सी जिहड़ी ऑटो इंडस्ट्री है, ऑटो इंडस्ट्री फोर्ड इत्थे असैम्बल हो रही है, इहदे पता किन्ने पार्ट्स अमरीका दे विच बन रहे हैं और इत्थों पार्ट्स जिद्दां हुण मैगना है, मैगना वर्ल्ड दा सब तों वध सप्लायर है ऑफ दी पार्ट्स, इहदे मेरा ख्याल है 60-65 प्लांट अमरीका दे विच है, राइट, एंड 60 प्लांट इत्थे है, 65 प्लांट अमरीका दे विच है, सो जिहड़े पार्ट्स एक दूसरे उहनां कंट्री, इट्स वेरी कॉम्पलैक्स, इट्स नॉट दैट ईजी जी असीं नैफ्टा नूं चैलेंज करना जी असीं अपने हक विच है, तो जे प्रोटैक्शन दा प्रोटैक्शनिज्म जे ट्रंप ड्यूटी लाउंदा तो कनेडा तो मैक्सीको वालों भी लग जानी है। अज वर्ल्ड पुलर साहब वो वर्ल्ड नहीं रहा जिहड़ा पिछला वर्ल्ड हुंदा सी कि जी अमरीका ने चाइना दी तो जिहड़े गुड्स आउंदे अज दुनिया बहुत नेड़े आ गई है जी, हर हर चीज़ नूं समझदे ने, क्योंकि कोई समा हुंदा सी कि जिन्ना हुण आपां नवीं तकनीक आ गई है जी, ते इंटरनेट ने सारिया चीज़ों के नाल जो काफ़ी अपना नेड़े आ गया, बिल्कुल, तो दुनिया हुण जी आप जी देखिए अमरीका किन्ना का असर पाएगा दुनिया से इस इकोनमी के अमरीका तो पहला जदों ट्रंप की इलैक्शन हुई है उदों तो सारी दुनिया के चर्चा सी और फीयर भी सी, डर सी, डर भी सी, क्योंकि जदों ट्रंप G7 मीटिंग विच गया उत्थे भी इन्हें उही अपना प्रोटेक्शन एजेंडा लिया के तो 6+7 मतलब इदां दी मीटिंग हुई है, एंड G20 दे विच भी इदां ही होया, आइसोलेट होया अमरीका दी पोजीशन, टोटली आइसोलेट हुई है, क्योंकि ये 21वीं सदी है, 21वीं सदी 14वीं सदी वालियां गल्लां नहीं पुगणियां, एंड इस करके ट्रंप जिहड़ा इनसाइड अमेरिका आउटसाइड इन इंटरनेशनल अरीने दे विच भी आइसोलेट हो रहा जी। टिंसा साहब गल्लां जी होर भी बहुत ने, समा हो गया एक ब्रेक का, ब्रेक तो बाद असीं हुणी वापस आउणा, तुसीं कित्थे नहीं जाणा। ब्रेक तो बाद असीं एक बार फिर हाजिर हाँ, तो साड़ी गलबात चल रही है कनेडा की इकोनमी बारे। टिंसा साहब जिमें हुण आपां देख रहे हैं महंगाई इस तरीके दे नाल महंगाई तो वधेगी ना, हाँ जी, कनेडा दे विच जे आपां देखिए जिस हिसाब नाल इंट्रस्ट रेट वधे ने हर चीज़ का भाव वधना ने, पर एक गल आ हाँ जी भुल्लर साहब जे अपना कनेडियन डॉलर अप जाता हाँ जी तो असी जिहड़ा बाहरों फूड मंगाउणा वो सस्ता पैगा, वो सस्ता पैगा सर, राइट, हुण तुसीं देखिया पिछले दिनां च किन्नी साडी सस्ती होणी आ, घरां दीआं कीमतां सस्तियां होणियां, क्योंकि जिहड़ा समान अमरीका तों मंगाउणे आ ओह साडी जिहड़ी आ ओह डॉलर साडे बराबर च लै आंदा, ਸਾਨੂੰ ਘੱਟ ਖਰਚ ਕਰਨਾ ਪੈਣਾ, ਘੱਟ ਖਰਚਾ ਪੈਣਾ। ਅੱਛਾ ਇਹ ਮੈਨੂੰ ਦੱਸੋ ਕਿ ਜਿਹੜੀਆਂ ਜੌਬਾਂ ਨੇ ਹਾਂਜੀ ਅਨਪਲਾਇਮੈਂਟ 'ਤੇ ਕੀ ਅਸਰ ਪਾਏਗੀ, ਕਿੰਨੀ ਕੁ ਇਹਦਾ ਅਨਪਲਾਇਮੈਂਟ ਘਟੇਗੀ ਜਾਂ ਵਧੇਗੀ? ਦੇਖੋ ਜਿਹੜੇ ਪਿਛਲੇ ਕੰਸੈਂਸਸ ਆਏ ਆ ਉਹਦੇ ਮੁਤਾਬਕ ਕੈਨੇਡਾ 'ਚ ਇਸ ਵੇਲੇ ਸਭ ਤੋਂ ਵੱਧ ਸੀਨੀਅਰਸ ਆ, ਐਂਡ ਉਹਨਾਂ ਨੇ ਯੰਗ ਬੰਦਿਆਂ ਤੋਂ ਵੱਧ ਸੀਨੀਅਰ ਆ, ਸੋ ਉਹਦੇ ਉਹਨੇ ਬੜੀ ਫਿਕਰਮੰਦੀ ਕਰ ਦਿੱਤੀ ਕੈਨੇਡੀਅਨ ਗੌਰਮੈਂਟ ਦੇ ਵਿੱਚ ਵੀ ਅਤੇ ਜਿਹੜੇ ਸੈਂਸਸ ਅਤੇ ਇਕੋਨੋਮਿਸਟਾਂ ਦੇ ਵਿੱਚ ਵੀ, ਐਂਡ ਇਹਨਾਂ ਨੇ ਆਲਮੋਸਟ ਕੈਨੇਡਾ ਹੁਣ ਓਪਨ ਕੀਤਾ ਆ, ਕਿਉਂਕਿ ਜਿਹੜੀ ਪਾਪੂਲੇਸ਼ਨ ਡਿਕਲਾਈਨ ਹੋ ਰਹੀ ਆ, 10,000 ਬੰਦਾ ਇਹ ਡੇ ਰਿਟਾਇਰ ਹੋ ਰਿਹਾ ਭੁੱਲਰ ਸਾਹਿਬ ਕੈਨੇਡਾ 'ਚ, ਕੈਨੇਡਾ 'ਚ ਜੀ 10,000 ਬੰਦਾ ਏ ਡੇ, ਐਂਡ ਕੈਨ ਯੂ ਇਮੈਜਿਨ 4 ਬੰਦਿਆਂ ਮਗਰ 1 ਬੰਦਾ ਰਿਟਾਇਰਡ, ਐਂਡ ਹਾਓ ਕੈਨ ਦੇ ਅਫੋਰਡ ਇਟ, ਸੋ ਇਹਦੇ ਕਰਕੇ ਫਿਕਰਮੰਦੀ ਪਾਈ ਜਾ ਰਹੀ, ਜਿਹਦੇ ਕਰਕੇ ਵਨ ਆਫਟਰ ਦੀ ਅਦਰ ਪੋਲੀਟੀਸ਼ੀਅਨ ਇਹ ਕਹਿ ਰਿਹਾ ਕਿ ਕੈਨੇਡਾ 'ਚ ਇਮੀਗ੍ਰੇਸ਼ਨ ਜਿਹੜੀ ਆ ਮਿਨੀਮਮ 1% ਆਫ ਦੀ ਪਾਪੂਲੇਸ਼ਨ, ਜੇ ਇਸ ਵੇਲੇ 36 ਮਿਲੀਅਨ ਦੀ ਪਾਪੂਲੇਸ਼ਨ ਹੈ ਤਾਂ ਇਹਨਾਂ 3,60,000 ਬੰਦੇ ਚਾਹੀਦੇ ਸਰ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਜੇਸਨ ਕੈਨੀ ਸਾਡੇ ਮਿਨਿਸਟਰ ਸੀ ਹਾਰਪਰ ਸਰਕਾਰ ਦੇ ਵਿੱਚ, ਉਸ ਟਾਈਮ ਤੋਂ ਵੀ ਸਰਕਾਰ ਚਿੰਤਤ ਸੀ ਇਸ ਪੱਖੋਂ, ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਜਿਹੜੇ ਸਾਡੇ ਹਜ਼ਾਰਾਂ ਮੈਂ ਲੱਖਾਂ ਹੀ ਕਹਾਂਗਾ ਹੁਣ ਤਾਂ ਸਟੂਡੈਂਟ ਜਿਹੜੇ ਬਾਕੀ ਕੰਟਰੀਆਂ ਤੋਂ ਆ ਰਹੇ ਨੇ ਇੰਡੀਆ ਸਮੇਤ, ਅਤੇ ਕੀ ਉਹ ਸਟੂਡੈਂਟ ਜਿਹੜਾ ਉਹ ਗੈਪ ਪੂਰਾ ਨਹੀਂ ਕਰਨਗੇ ਜਿਹੜੇ ਸੀਨੀਅਰ ਰਿਟਾਇਰ ਹੋ ਰਹੇ ਨੇ? ਮੇਰਾ ਖਿਆਲ ਕਰਨਗੇ, ਦੇ ਆਰ ਟਰਾਇੰਗ, ਹਾਂ ਦੇ ਟਰਾਇੰਗ, ਹੋਰ ਕੋਈ ਦੇ ਡੋਂਟ ਹੈਵ ਐਨੀ ਅਦਰ ਐਵੀਨਿਊ, ਕਿਉਂਕਿ ਜਿਹੜੇ ਇੱਥੇ ਦੀ ਪਾਪੂਲੇਸ਼ਨ ਹੈ, ਇੱਥੇ ਬੱਚਾ ਜੰਮਣਾ ਜਮਾਉਣਾ ਉਹਨੂੰ ਪਾਲਣਾ ਅਤੇ ਉਹਦਾ ਤੁਹਾਨੂੰ ਤੁਸੀਂ ਦੇਖਿਆ ਖਰਚ ਕਿੰਨਾ, ਜਿਹੜੇ ਹਿਸਾਬ ਨਾਲ ਹੁਣ ਇਮੀਗ੍ਰੇਸ਼ਨ ਹੋ ਰਹੀ ਹੈ ਉਹ ਆਪਣੇ ਵੇਲੇ ਕੋਈ 500,000 ਲੈ ਕੇ ਡਾਲਰ ਆਉਂਦਾ ਸੀ, ਹਾਂਜੀ, ਪਰ ਜੇ ਆਪਾਂ ਅੱਜ ਕੱਲ੍ਹ ਦੇਖੀਏ ਜਿਹੜੇ ਵੀ ਉੱਥੋਂ ਪਰਮਾਨੈਂਟ ਤੌਰ 'ਤੇ ਕੈਨੇਡਾ ਨੂੰ ਆਪਣਾ ਦੇਸ਼ ਬਣਾ ਰਹੇ ਨੇ ਉਹ ਲੋਕ ਕੀ ਕਰ ਰਹੇ ਨੇ, ਉੱਥੋਂ ਪੈਸਾ ਨਾਲ ਲੈ ਕੇ ਆ ਰਹੇ ਨੇ, ਚਾਹੇ ਉਹ ਚਾਈਨਾ ਹੋਵੇ ਚਾਹੇ ਇੰਡੀਆ, ਬੜਾ ਪੈਸਾ ਆ ਰਿਹਾ ਜੀ, ਹਾਂਜੀ, ਇੱਕ ਤਾਂ ਪੈਸਾ ਕਰਪਸ਼ਨ ਦਾ ਬੜਾ ਆ ਰਿਹਾ, ਹਾਂਜੀ, ਮਨੀ ਲਾਂਡਰਿੰਗ ਬੜੀ ਹੋ ਰਹੀ ਹੈ,
ਅੱਜ ਸਰਕਾਰ ਤਾਂ ਬਹੁਤ ਧਿਆਨ ਰੱਖ ਰਹੀ ਹੈ, ਸਾਰੀਆਂ ਧਿਆਨ ਹੀ ਰੱਖ ਰਹੇ ਆ, ਜੇ ਕਰਨਾ ਚਾਹੁਣ ਤਾਂ ਕਰ ਸਕਦੇ, ਪਰ ਪੈਸਾ ਆਉਂਦਾ ਕਿਹਨੂੰ ਮਾੜਾ ਲੱਗਦਾ। ਹੁਣ ਜਿਹੜੇ ਘਰਾਂ ਦੀ ਕੀਮਤ ਆ, ਘਰਾਂ ਦੀਆਂ ਕੀਮਤੀਆਂ ਇੰਨੇ, ਹੁਣ ਵਟ ਹੈਪਨਸ ਨਾਓ, ਜਿਹੜੇ ਚਾਈਨੀਜ਼ ਹੈ ਫੋਰ ਐਗਜ਼ਾਮਪਲ, ਚਾਈਨੀਜ਼ ਤਾਂ ਬਹੁਤ ਗੱਲ ਕਰ ਰਹੇ ਆ, ਉਹਨਾਂ ਨੇ ਇੱਥੇ ਮੁੰਡੇ ਕੁੜੀਆਂ ਪੜ੍ਹਨ ਭੇਜ ਦਿੱਤੇ, ਮੁੰਡੇ ਕੁੜੀਆਂ ਪੜ੍ਹਨ ਭੇਜ ਕੇ ਉਹਨਾਂ ਨੂੰ ਘਰ ਲੈ ਦਿੱਤੇ, ਔਰ ਘਰ ਦੇ ਵਿੱਚ ਰਹਿੰਦਾ ਕੋਈ ਨਹੀਂ, ਉਹ ਪ੍ਰਿੰਸੀਪਲ ਰੈਜੀਡੈਂਸ ਬਣ ਗਿਆ, ਦੇ ਤਿੰਨ ਨਿਆਣੇ ਤਿੰਨ ਘਰ ਨਾ ਲੈ ਦਿੱਤੇ, ਐਂਡ ਦੇ ਆਰ ਮੇਕਿੰਗ ਲੋਟ ਆਫ ਮਨੀ ਕੀ ਬਾਇੰਗ ਐਂਡ ਸੈਲਿੰਗ। ਭਟਿੰਦਰ ਸਾਹਿਬ, ਕਈ ਲੋਕ ਇਹਦੇ 'ਚ ਫਸ ਵੀ ਗਏ ਜਿਨ੍ਹਾਂ ਨੇ ਉਹ ਇਨਵੈਸਟਮੈਂਟ ਕਰਦੇ ਗਏ, ਕਰਦੇ ਘਰ ਲੈਂਦੇ ਗਏ, ਸ਼ਾਇਦ ਉਹਨਾਂ ਨੂੰ ਇਹਦੀ ਕਿ ਕੀਮਤਾਂ ਘਰਾਂ ਦੀਆਂ ਐਂ ਵਧਦੀਆਂ ਜਾਣਗੀਆਂ। ਇਹ ਭੁੱਲਰ ਸਾਹਿਬ, ਆਈ ਐਗਰੀ ਵਿਦ ਯੂ 100%। ਐਂਡ ਤੁਸੀਂ ਦੇਖਿਆ ਹੀ ਆ ਕਈ ਬੰਦੇ, ਜੇ ਮੇਰਾ, ਮੈਂ ਇੱਕ ਦਿਨ ਇੱਕ ਪਾਰਟੀ 'ਚ ਗਿਆ, ਉੱਥੇ ਗੱਲਾਂ ਸਾਰੇ ਕਰਨ ਜੀ, ਮੈਂ ਇੰਨੇ ਦਾ ਘਰ ਲੈ ਲਿਆ, ਮੈਂ ਗਾਂ ਇਹ ਵੇਚ ਕੇ ਗਾਂ ਹੋਰ ਲੈ ਲਿਆ, ਮੈਂ ਚਾਰ ਹੋਰ ਬੁੱਕ ਕਰਾਤੇ, ਮੈਨੂੰ ਲੱਗਿਆ ਵੀ ਇਹਨਾਂ ਸਾਰਿਆਂ 'ਚ ਮੈਂ ਹੀ ਗਰੀਬ ਹੈ, ਇਹ ਤਾਂ ਸਾਰੇ ਮਲਟੀ ਮਿਲੀਅਨੇਅਰ ਹੈ। ਹੁਣ ਉਹ ਬੰਦੇ ਫਸੇ ਆ, ਔਰ ਕਈ ਬੰਦਿਆਂ ਨੇ ਆਪਣੇ ਘਰ ਵੇਚ ਕੇ, ਹਾਂਜੀ, ਉਹਨਾਂ ਨੇ ਕੀ ਕੀਤਾ, ਆਪਣਾ ਜਿਹੜਾ ਆਪਣਾ ਘਰ ਉਹਨਾਂ ਨੇ ਆਪਣਾ ਵੀ ਕੋਲੇ ਰੱਖਿਆ, ਹੋਰ ਵੀ ਘਰ ਲੈ ਲਏ, ਗਾਂ ਬੁੱਕ ਕਰਾਤੇ, ਗਾਂ ਬੁੱਕ ਕਰਾਤੇ, ਅਗਲਿਆਂ ਦੀ ਜਿਹੜੀ ਆ ਉਹ ਕਲੋਜਿੰਗ ਡੇਟ ਆ ਗਈ, ਦੈਟਸ ਰਾਈਟ। ਹੁਣ ਉਹਨਾਂ ਕੋਲ ਜਿਹੜੇ ਆਪਣੇ ਪਹਿਲੇ ਘਰ ਨੇ ਉਹ ਨਹੀਂ ਵੇਖ ਰਹੇ, ਉਹ ਵਿਕ ਨਹੀਂ ਰਹੇ, ਉਹ ਗਾਂ ਦੀ ਕਲੋਜਿੰਗ ਹੋਣੀ ਹੈ, ਬਿਲਕੁਲ, ਉਹ ਹੁਣ 6-6-5 ਕੀ ਕਰਨਗੇ, ਇਹ ਹਰ ਸਾਈਕਲ 'ਚ ਹੀ ਇੱਦਾਂ ਹੁੰਦਾ। ਤੁਸੀਂ ਕੀ ਸਮਝੋ ਕਿ ਆਉਣ ਵਾਲਾ ਫਿਊਚਰ ਦੇ ਵਿੱਚ ਆਪਾਂ ਜੇ ਹੁਣ ਗੱਲ ਕਰੀਏ, ਜਿਹੜੇ ਨਵੇਂ ਸਟੂਡੈਂਟ ਆ ਰਹੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਹੜੇ ਬਜ਼ੁਰਗ ਹੋ ਰਹੇ ਨੇ ਉਹਨਾਂ ਲਈ ਖਰਚੇ ਜਿਹੜੇ, ਦੇਖੋ ਆਪਾਂ ਇਹ ਤਾਂ ਕਹਾਂਗੇ ਕਈ ਖਰਚੇ ਜਿਹੜੇ ਨੇ ਵਧਣਗੇ ਉਹ, ਹਾਂਜੀ, ਕਈ ਥਾਵਾਂ 'ਤੇ ਕੁਛ ਵੀ ਕਹੀਏ ਆਪਾਂ, ਠੀਕ ਹੈ, ਜੇ ਡਾਲਰ ਦੀ ਡਾਲਰ ਜਿਹੜਾ ਹੈਗਾ ਜੇ USA ਦੇ US ਡਾਲਰ ਦੇ ਮੁਕਾਬਲੇ ਚਲਿਆ ਗਿਆ ਜਾ ਰਿਹਾ, ਸਮਝੋ। ਦੇਖੋ ਇਹ ਜਿਹੜਾ ਤੁਹਾਡਾ ਕੁਐਸਚਨ ਹੈ, ਇਹਦਾ ਆਨਸਰ ਕੋਈ ਨਹੀਂ ਦੇ ਸਕਦਾ, ਇਹਦਾ ਆਨਸਰ ਸਿਰਫ ਬੈਂਕ ਆਫ ਕੈਨੇਡਾ ਹੀ ਦੇ ਸਕਦੀ ਹੈ। ਜੇ ਬੈਂਕ ਆਫ ਇਕੋਨਮੀ ਆਨਸਰ ਦੇ ਸਕਦੀ ਹੈ, ਜੇ ਇਕੋਨਮੀ ਇੰਪਰੂਵ ਹੋਈ ਤਾਂ ਜੋਬਾਂ ਲੋਕਾਂ ਨੂੰ ਮਿਲਣਗੀਆਂ, ਇਕੋਨਮੀ ਇੰਪਰੂਵ ਹੋਈ ਤਾਂ ਇੰਟਰਸਟ ਰੇਟ ਵਿੱਚ ਵਾਧਾ ਹੋਏਗਾ, ਜੇ ਇੰਟਰਸਟ ਰੇਟ ਵਿੱਚ ਵਾਧਾ ਹੋਊਗਾ ਤਾਂ ਡੈਫੀਨੇਟਲੀ ਮੋਰਗੇਜ ਦੇ ਉੱਤੇ ਅਸਰ ਪਊਗਾ, ਘਰਾਂ ਦੇ ਉੱਤੇ ਅਸਰ ਪਊਗਾ। ਜੇ ਘਰਾਂ ਦੀ ਕੀਮਤ ਆਪਿਆ ਤਾਂ ਬਾਕੀ ਇੰਡਸਟਰੀ, ਇਟ ਆਲ ਡਿਪੈਂਡਸ, ਬਾਕੀ ਮੈਨੂਫੈਕਚਰਿੰਗ ਕਿੰਨੀ ਹੈ, ਹਾਂਜੀ, ਰਾਈਟ। ਫਿਰ ਟੂਰਿਸਟ ਇੰਡਸਟਰੀ ਆ, ਹੁਣ ਜਿਹੜਾ ਕੈਨੇਡਾ ਦਾ ਟੂਰਿਸਟ ਸੀ, ਅਮਰੀਕਾ ਨੂੰ ਜਾਣੋ ਬੰਦ ਹੋ ਗਿਆ ਸੀ, ਹਾਂਜੀ, ਕਿਉਂਕਿ ਡਾਲਰ ਦੀ ਕੀਮਤ ਘੱਟ ਕਰਕੇ, ਜੇ ਅਮੈਰੀਕਨ ਟੂਰਿਸਟ ਬੜਾ ਆ ਰਿਹਾ ਸੀ, ਹੁਣ ਅਮੈਰੀਕਨ ਟੂਰਿਸਟ ਘੱਟ ਜਾਊਗਾ, ਕੈਨੇਡੀਅਨ ਟੂਰਿਸਟ ਵਧਜੂ। ਅੱਛਾ, ਜਿਸ ਤਰ੍ਹਾਂ ਹੁਣ ਕੈਨੇਡਾ ਦੀ ਗਰੋਥ ਡੇ ਬਾਈ ਡੇ ਵੱਧਦੀ ਜਾ ਰਹੀ ਹੈ, ਹਾਂਜੀ, ਬੈਂਕ ਆਫ ਕੈਨੇਡਾ ਦਾ ਕੀ ਰੋਲ ਹੈ ਇਹਦੇ 'ਚ? ਬੈਂਕ ਆਫ ਕੈਨੇਡਾ ਦਾ ਬਹੁਤ ਬਿਗ ਰੋਲ ਹੈ ਜੀ। ਬੈਂਕ ਆਫ ਕੈਨੇਡਾ ਨੇ ਇਹਦੀ ਇਕੋਨਮੀ ਨੂੰ, ਉਹਨਾਂ ਨੇ ਕੀਤਾ ਹੈ, ਜਿਹੜੀ ਟਾਰਗੇਟ ਉਹਨਾਂ ਦਾ 2% ਇਨਫਲੇਸ਼ਨ ਹੈ, ਜੇ 2% ਇਨਫਲੇਸ਼ਨ ਤੋਂ ਉੱਪਰ ਜਾਂਦਾ ਤਾਂ ਇੰਟਰਸਟ ਰੇਟ ਦੇ ਵਿੱਚ ਹੋਰ ਉਹ ਵਾਧਾ ਕਰਨਗੇ। ਪਤਾ ਨਹੀਂ ਭੁੱਲਰ ਸਾਹਿਬ ਤੁਸੀਂ ਇੱਥੇ ਸੀਗੇ ਜਾਂ ਨਹੀਂ, ਮੈਂ 21% ਦਿੱਤਾ ਹੈ 1981 'ਚ, 21% ਇੰਟਰਸਟ, ਨਾ ਸੋਰੀ ਮੋਰਗੇਜ, ਮੋਰਗੇਜ, ਰਾਈਟ, ਐਂਡ ਦੈਟ ਮੋਰਗੇਜ 'ਤੇ ਇੰਟਰਸਟ ਥੋੜ੍ਹਾ 21% ਸੀ ਉਸ ਟਾਈਮ, ਜਿਹੜਾ ਕਿ ਅੱਜ ਕੱਲ੍ਹ ਵੀਜ਼ਾ ਕਾਰਡ ਮਾਸਟਰ ਕਾਰਡ ਦੇ ਆਮ ਤੌਰ 'ਤੇ 21-22% ਲੈ ਰਹੇ ਨੇ, ਰਾਈਟ। ਅੱਜ ਪਰ ਜੇ ਤੀਨ ਸਦਰ ਦੇਖੀਏ ਉਸ ਟਾਈਮ ਘਰਾਂ ਦੀਆਂ ਪ੍ਰਾਈਸਾਂ ਵੀ ਜਿਹੜੇ ਮੈਂ ਫਾਈਨਾਂਸ ਮਿਨਿਸਟਰ ਆਫ ਮੋਰਨੂ ਦੇ ਨਾਲ ਸਹਿਮਤ ਹਾਂ ਕਿ ਘਰ ਆ, ਘਰ ਇਨਵੈਸਟਮੈਂਟ ਨਹੀਂ ਕਰਤਾ ਰਹਿਣ ਲਈ ਆ। ਜਿਹੜੇ ਬਿਲਡਰ ਨੇ, ਹਾਂਜੀ, ਅਤੇ ਉਹਨਾਂ ਨੂੰ ਇਹ ਜਿਹੜੀ ਹੁਣ ਸਿਚੁਏਸ਼ਨ ਹੋਈ ਆ ਉਹਦੇ 'ਚ ਉਹਨਾਂ ਨੂੰ ਫਾਇਦਾ ਹੋਊ ਕਿ ਨੁਕਸਾਨ ਹੋਊ? ਬਿਲਡਰਸ ਨੂੰ ਬੜਾ ਫਾਇਦਾ ਹੋਣਾ ਜੀ, ਉਹਨੂੰ ਕਿੰਨੇ ਹੀ ਫਾਇਦੇ ਹੋਣੇ ਆ। ਇੱਕ ਤਾਂ ਇਹ ਫਾਇਦਾ, ਜਿਹੜਾ ਡਿਪੋਜ਼ਿਟ ਜਿਹਨੇ ਦਿੱਤਾ ਉਹਦਾ ਮਰ ਜਾਣਾ, ਜਦ ਉਹ ਡਿਪੋਜ਼ਿਟ ਮਰ ਗਿਆ ਤਾਂ ਉਹ ਬਿਲਡਰ ਦੇ ਕੋਲ ਹੀ ਰਹਿ ਜਾਣਾ, ਅਤੇ ਉਹ ਬਹੁਤੇ ਨਹੀਂ, ਤੀਨ ਸਾਹਿਬ ਮੇਰੇ ਖਿਆਲ ਵਿੱਚ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਐਂ ਡਿਪੋਜ਼ਿਟ ਛੱਡ ਕੇ ਜਾਣਗੇ ਬਿਲਡਰ ਦੇ ਕੋਲ। ਬਿਲਡਰ ਨੂੰ, ਕਿਉਂਕਿ ਕਈ ਵਾਰੀ ਇਹ ਹੁੰਦਾ ਇੱਕ ਇਹਨਾਂ ਨੇ ਜਿਹੜੀ ਕਲਾਜ ਪਾਈ ਸੀ ਅੱਗੇ ਦੀ ਅੱਗੇ, ਕੋਈ ਵੀ ਤੁਸੀਂ ਜਿਹੜੀ ਕਲਾਜ ਪਾਈ ਸੀ ਵੀ ਜਿਹੜੇ ਫਲਿਪਿੰਗ ਆ, ਅੱਗੇ ਫਲਿਪਿੰਗ ਕਰਦੇ ਤੁਸੀਂ ਘਰ ਬੁੱਕ ਕਰਾਤਾ ਲੱਖ ਡਾਲਰ ਦਾ, ਫੋਰ ਐਗਜ਼ਾਮਪਲ ਤੁਸੀਂ 1.5 ਲੱਖ ਦਾ ਵੇਚ ਦਿੱਤਾ, ਉਹ ਜਿਹੜਾ 50,000 ਸੀ ਉਹ ਤੁਸੀਂ ਰਿਪੋਰਟ ਵੀ ਨਹੀਂ ਸੀ ਕਰਦੇ। ਅੱਛਾ, ਟੀਚਰ ਸਾਹਿਬ ਤੁਸੀਂ ਬਹੁਤ ਸਾਲ ਆਪਣੇ ਕੈਨੇਡਾ ਦੇ ਵਿੱਚ ਆਪਣੀ ਜ਼ਿੰਦਗੀ ਨਿਗਾਈ ਆ, ਉਤਰਾਅ ਚੜਾਅ ਦੇਖੇ, ਬੜੇ ਰਿਸੈਸ਼ਨ ਦੇਖੇ, ਬੜੇ ਜਿਹੜੇ ਚੜ੍ਹਾਈਆਂ ਦੇਖੀਆਂ ਕੈਨੇਡਾ ਦੀਆਂ, ਤੁਸੀਂ ਹੁਣ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਉਹਨਾਂ ਨੂੰ ਕੀ ਰਾਏ ਦੇਣੀ ਚਾਹੁੰਦੇ ਹਾਂ ਕਿ ਜੇ ਕਿਸੇ ਕੋਲ ਪੈਸੇ ਹੈਗੇ ਤਾਂ ਉਹ ਕੀ ਕਰੇ, ਜਿਹਦੇ ਕੋਲ ਨਹੀਂ ਵੀ ਹੈਗੇ ਤਾਂ ਉਹ ਕੀ ਕਰੇ? ਦੇਖੋ, ਮੈਂ ਇਹ ਸਮਝਣਾ, ਇੱਕ ਤਾਂ ਆਪਣੀ ਜੇਬ ਦੇਖ ਕੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਐਂਡ ਦੂਸਰੇ ਡੋਂਟ ਪੁੱਟ ਯੂਅਰ ਆਲ ਐਗਜ਼ ਇਨ ਵਨ ਬਾਸਕਿਟ।
एंड तीसरा मैं समझना भी जी घर की कीमत जिनी अप जानी चाहिए सी इन्ना जानी गई वो चले गई हूँ मैं लगता घर की कीमत है थोड़ी किते अपनी जानी वो बहुत फैक्टर है। एक तो बेबी बूमर्स आर रिटायरिंग वो घर तो निकल के उन्होंने छोटे घर जाना अपार्टमेंट बिल्डिंग जाना ऑल काइंड ऑफ थिंग्स। दूसरा इंटरेस्ट रेट इज गोइंग अप आ तो हिस्टरी च पहली दफ़ा होया इन्ना लो इंटरेस्ट रेट मुड़ के इंटरेस्ट रेट शायद ये ना मिल सके एंड जे किसी ने पैसे बनाने तो ना आई थिंक आई मे बी राइट आई मे बी रॉन्ग। लकी हो तुम 21% भी दे लिया तो 2% भी दे लिया। हाँ जी हाँ जी तो बहुत बहुत धन्यवाद समा कट के साथ स्टूडियो आए अगली बार फिर थोड़े नाल कि गलबात थोड़ा बेनती करा मेहरबानी जनाब थैंक यू। हाँ ये सर निर्मल सिंह ढींसा जी जिन्ह ने कनेडा की इकोनमी के दुनिया के होर देशों की इकोनमी बारे भी गलबात की। अगले हफ्ते किसी नवे मेहमान के नाल नवा विशा लेके फिर हाजिर होवांगे। पुराण देखने लई तुहाडा सारिआं दा बहुत बहुत धन्नवाद।